ਫਰੀਦਕੋਟ 'ਚ ਮਨਾਏ ਜਾ ਰਹੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ 'ਚ ਮਨਾਏ ਜਾ ਰਹੇ 5 ਦਿਨਾਂ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਇਸ ਮੌਕੇ ਨਗਰ ਕੌਂਸਲ ਦੇ ਈਓ ਇੰਦਰਪ੍ਰੀਤ ਸਿੰਘ ਢਿੱਲੋਂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਮੇਲੇ ਦੌਰਾਨ ਸਾਡੇ ਵੱਲੋਂ ਸ਼ਹਿਰ 'ਚ ਸਪੈਸ਼ਲ ਤੌਰ 'ਤੇ 15 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛ ਅਭਿਆਨ ਚਲਾਇਆ ਜਾ ਰਿਹਾ। ਨਾਲ ਹੀ ਸ਼ਹਿਰ ਦੀ ਸੁੰਦਰਤਾ ਲਈ ਚੌਂਕਾਂ ਦੀ ਸਜਾਵਟ, ਸੜਕ ਦੀ ਮੁਰੰਮਤ, ਡਿਵਾਈਡਰਾਂ ਨੂੰ ਰੰਗ ਰੋਗਣ ਕਰਕੇ ਸ਼ਹਿਰ ਦੀ ਸੁੰਦਰਤਾ ਨੂੰ 4 ਚੰਨ ਲਾਏ ਜਾ ਰਹੇ ਹਨ। ਮੇਲੇ 'ਚ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਆਰਜੀ ਪਖਾਨੇ ਆਦਿ ਵੀ ਬਣਾਏ ਜਾ ਰਹੇ ਹਨ ਅਤੇ ਕਮੇਟੀ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਸਾਫ਼ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਕਿ ਸਾਰੇ ਸ਼ਹਿਰ ਦੀ ਸਾਫ਼ ਸਫਾਈ ਕੀਤੀ ਜਾ ਰਹੀ ਹੈ ਅਤੇ ਸਪੈਸ਼ਲ ਡਰਾਈਵ ਵੀ ਚਲਾਈ ਜਾ ਰਹੀ ਹੈ। 15 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛਤਾ ਅਭਿਆਨ ਚਲਾਇਆ ਜਾ ਰਿਹਾ ਹੈਗਾ ਅਤੇ ਨਗਰ ਕੌਂਸਲ ਵੱਲੋਂ ਜੋ ਵੀ ਸੜਕਾਂ ਦੇ ਪੈਚ ਵਰਕ ਹੋਣੇ ਆਗੇ ਉਹ 7 ਲੱਖ ਰੁਪਏ ਵਿੱਚ ਕੀਤੇ ਜਾ ਰਹੇ ਹਨ, ਕੰਮ ਸ਼ੁਰੂ ਹੋ ਚੁੱਕਿਆ ਹੈ। ਇਸੇ ਤਰ੍ਹਾਂ ਹੀ ਡਿਵਾਈਡਰਾਂ 'ਤੇ 5 ਲੱਖ ਰੁਪਏ 'ਤੇ ਰੰਗ ਰੋਗਣ ਦਾ ਕੰਮ ਕੀਤਾ ਜਾ ਰਿਹਾ ਹੈਗਾ। ਆਪਣੇ ਪਲਾਸਟਿਕ ਦੀ ਵਰਤੋਂ ਬਿਲਕੁਲ ਬੰਦ ਰੱਖੀ ਜਾਵੇ ਕਿਉਂਕਿ ਇਹ ਮਨੁੱਖੀ ਅਤੇ ਜਾਨਵਰਾਂ ਲਈ ਬਹੁਤ ਹੀ ਜਾਨਲੇਵਾ ਬਿਮਾਰੀਆਂ ਪੈਦਾ ਕਰਦੇ ਹਨ। ਫਰੀਦਕੋਟ ਤੋਂ ਗੁਰਜੀਤ ਸਿੰਘ ਰੋਮਾਣਾ ਦੇ ਨਾਲ ਬਿਊਰੋ ਰਿਪੋਰਟ, KTV।